सफाई मजदूर यूनियन कांग्रेस इंटेक नगर कौशल राजपुरा के दफ्तर में हंसराज कौमी प्रदान की और नगर कौशल राजपुरा मुलाजिमों की ओर से झंडा लहराकर लड्डू गांठ के मजदूर दिन मनाया गया। प्रधान हंसराज ने बताया कि आज का दिन मजदूरों के लिए अहम दिन है, वह इसी बहुत ही उत्साह से मनाया जाता है। राजपुरा से पत्रकार तरुण शर्मा की रिपोर्ट। ਅੱਜ ਦਾ ਸਮਾਗਮ ਜਿਹੜਾ ਸਾਡੇ ਮੁਲਾਜ਼ਮ ਜਥੇਬੰਦੀ ਵੱਲੋਂ ਹਰ ਸਾਲ ਉਰੇ ਨਗਰ ਕੌਂਸਲ ਆਟਰੇ ਦੇ ਵਿੱਚ ਅਸੀਂ ਆਪਣਾ ਇੱਕ ਮੌਜੂਦ ਮਨਾਉਂਦੇ ਹਾਂ, ਜਿਹੜਾ ਸਾਡਾ ਸਾਰੇ ਜਥੇਬੰਦੀਆਂ ਦੇ ਨਾਲ ਆ, ਰੇੜਾ ਯੂਨੀਅਨ, ਰੇੜੀ ਯੂਨੀਅਨ, ਟੈਂਪੂ ਯੂਨੀਅਨ ਸਾਡੇ ਨਾਲ, ਸਾਰੇ ਜਥੇਬੰਦੀਆਂ ਸਾਰੇ ਕਿਰਤ ਕਮਾਈ ਕਰਦੇ ਹਾਂ, ਦਿਹਾੜੀ ਜੱਤੇ ਵਾਲੇ ਹਾਂ ਅਤੇ ਸਾਡੇ ਮੁਲਾਜ਼ਮ ਸਾਥੀ ਵੀ ਇਹ ਵੀ ਦਿਹਾੜੀ ਵਾਲੇ ਹੀ ਹਾਂ। ਇਸ ਕਰਕੇ ਅਸੀਂ ਅੱਜ 1 ਮਈ ਦਾ ਦਿਨ ਉਰੇ ਸਾਰੇ ਇਕੱਠੇ ਹੋ ਕੇ ਮਨਾਉਂਦੇ ਹਾਂ। ਉਸ ਦੇ ਵਿੱਚ ਅਸੀਂ ਆਪਣਾ ਸਫਾਈ ਮਜ਼ਦੂਰ ਯੂਨੀਅਨ ਕਾਂਗਰਸ ਯੂਨੀਅਨ ਦਾ ਝੰਡਾ ਵੀ ਚੜਾਉਂਦੇ ਹਾਂ, ਤਿਰੰਗਾ। ਇਸ ਸੰਬੰਧ ਅਸੀਂ ਸਾਰੇ ਉਰੇ ਇਕੱਠੇ ਹੋਏ ਹਾਂ। ਤੇ ਬਾਕੀ ਜਿਹੜਾ ਸਾਡਾ ਇੱਕ ਨੌਜਵਾਨ ਸਾਥੀ ਸੀਗਾ ਇੱਕ ਫਗਵਾੜੇ ਦੇ ਵਿੱਚ, ਬੋਬੀ ਨਾਮ ਦਾ ਲੜਕਾ ਸੀ, ਉਹਦੇ ਵਿੱਚ ਵੀ ਦੇਖੋ ਕਾਂਡ ਹੋਇਆ ਗਿਆ 13 ਅਪ੍ਰੈਲ ਨੂੰ। ਅਸੀਂ ਉਹਦੇ ਵਿੱਚ ਅੱਜ ਅਸੀਂ ਬੜਾ ਹੀ ਦੁਰਭਰ ਦਿਲ ਤੋਂ ਅਸੀਂ ਕਹਿ ਰਹੇ ਹਾਂ ਵੀ ਜਿਹੜਾ ਸਾਡੇ ਬੱਚੇ ਦੇ ਨਾਲ ਗਲਤ ਹੋਇਆ, ਅਸੀਂ ਉਹਦਾ ਵੀ ਬਾਈਕਾਟ ਕਰਦੇ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਗੋਲੀ ਮਾਰ ਕੇ ਮਾਰਿਆ ਗਿਆ।